ਸਤਿ ਸ਼੍ਰੀ ਅਕਾਲ ਦੋਸਤੋ, ਗੁੱਡ ਮਾਰਨਿੰਗ। ਆਪਣਾ ਵਿਰਸਾ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਵੱਖ ਵੱਖ ਅਖਬਾਰਾਂ ਦੀਆਂ ਵੱਖ ਵੱਖ ਖਬਰਾਂ ਨਾਲ ਜਾਣੂ ਕਰਵਾਉਂਦੇ ਹਾਂ। ਜਿਹਾ ਰੁੱਖ ਕਰਦੇ ਹਾਂ ਅਜੀਤ ਅਖਬਾਰ ਵੱਲ। ਲਾਲੂ ਪ੍ਰਸਾਦ ਯਾਦਵ ਨੂੰ 3.5 ਸਾਲ ਦੀ ਸਜ਼ਾ। ਜੀ ਹਾਂ, CBI ਦੇ ਵਿਸ਼ੇਸ਼ ਅਦਾਲਤ ਨੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ 21 ਸਾਲ ਪਹਿਲਾਂ ਦੇਵਘਰ ਖਜ਼ਾਨੇ ਵਿੱਚ 99.27 ਲੱਖ ਰੁਪਏ ਦੀ ਹੇਰਾਫੇਰੀ ਨਾਲ ਕਢਵਾਉਣ ਨਾਲ ਸੰਬੰਧਿਤ ਵਿੱਚ ਚਾਰਾ ਘੁਟਾਲੇ ਦੇ ਇੱਕ ਮਾਮਲੇ ਵਿੱਚ 3 ਸਾਲ 6 ਮਹੀਨੇ ਦੀ ਕੈਦ ਸੁਣਾਈ ਗਈ ਹੈ। ਜੀ ਹਾਂ, CBI ਦੇ ਵਿਸ਼ੇਸ਼ ਜੱਜ ਸ਼ਿਵਪਾਲ ਸਿੰਘ, ਜਿਨ੍ਹਾਂ ਦੇ 23 ਦਸੰਬਰ ਨੂੰ ਲਾਲੂ ਪ੍ਰਸਾਦ ਜੀ ਦੇ 10 ਹੋਰ ਦੋਸ਼ੀ ਕਰਾਰ ਦਿੱਤੇ ਸਨ, ਇਸ ਮਾਮਲੇ ਵਿੱਚ 10 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਚਾਰਾਂ ਘੁਟਾਲਿਆਂ ਦੇ ਵਿੱਚ ਇਹ ਦੂਸਰਾ ਮਾਮਲਾ ਹੈ ਕਿ ਜਿਸ ਵਿੱਚ ਲਾਲੂ ਪ੍ਰਸਾਦ ਯਾਦਵ ਨੂੰ ਸਜ਼ਾ ਸੁਣਾਉਣੀ ਪਈ ਹੈ। ਅਤੇ CBI ਦੇ ਵਕੀਲ ਰਾਕੇਸ਼ ਪ੍ਰਸਾਦ ਨੇ ਦੱਸਿਆ ਕਿ ਧੋਖਾਧੜੀ ਅਤੇ ਅਪਰਾਧ ਸਾਜ਼ਿਸ਼ ਦੇ ਨਾਲ ਭਾਰਤੀ ਡੰਡਾਵਲੀ ਦੀ ਦੂਸਰੀਆਂ ਧਾਰਾਵਾਂ ਤਹਿਤ 3.5 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਲਾਲੂ ਪ੍ਰਸਾਦ ਨੂੰ ਭ੍ਰਿਸ਼ਟਾਚਾਰ ਰੋਕੋ ਐਕਟ ਤਹਿਤ ਵੀ 3.5 ਸਾਲ ਦੀ ਸਜ਼ਾ ਸੁਣਾਈ ਗਈ। ਹੁਣ ਜ਼ਰੂਰ ਕਰਦੇ ਹਾਂ ਅਗਲੀ ਖਬਰ ਵੱਲ। ਪਾਕਿਸਤਾਨ ਨਜਿੱਠਣ ਲਈ ਸਾਰੇ ਰਸਤੇ ਖੁੱਲ੍ਹੇ, ਵਾਈਟ ਹਾਊਸ। ਜੀ ਹਾਂ, ਅਮੈਰੀਕਾ ਦੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਤਾਲਿਬਾਨ ਦੇ ਹੱਕਾਨੀ ਐਟਵਰਕ ਦੇ ਖਿਲਾਫ ਕੋਈ ਠੋਸ ਕਾਰਵਾਈ ਅਤੇ ਉਹਨਾਂ ਦੀਆਂ ਪਨਾਹਗਾਹਾਂ ਨੂੰ ਖਤਮ ਨਹੀਂ ਕਰਦਾ ਹੈ ਤਾਂ ਉਹਨਾਂ ਨਾਲ ਨਜਿੱਠਣ ਲਈ ਸਾਰੇ ਰਸਤੇ ਖੁੱਲ੍ਹੇ ਹਨ। ਜੀ ਹਾਂ, ਬੀਤੇ ਦਿਨੀ ਅੱਤਵਾਦੀ ਸੰਗਠਨਾਂ 'ਤੇ ਕਾਰਵਾਈ ਕਰਨ ਦੇ ਅਸਫਲ ਰਹਿਣ ਕਰਕੇ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ $2 ਅਰਬ ਦੀ ਸੁਰੱਖਿਆ ਦੀ ਸਹਾਇਤਾ ਬੰਦ ਕਰਨ ਤੋਂ ਬਾਅਦ ਅਮੈਰੀਕਾ ਨੇ ਚੇਤਾਵਨੀ ਦਿੱਤੀ ਹੈ ਕਿ ਟਰੰਪ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੱਤਰਕਾਰ ਨੂੰ ਲਿਖਿਆ ਸੀ ਕਿ ਪਾਕਿਸਤਾਨ ਨਾਲ ਨਜਿੱਠਣ ਅਤੇ ਉਸਦਾ ਤਾਲਿਬਾਨ ਨਾਲ ਹੱਕਾਨੀ ਨੈਟਵਰਕ ਅਤੇ ਕਾਰਵਾਈ ਦੇ ਲਈ ਰਾਜੀ ਕਰਨ ਲਈ ਸੁਰੱਖਿਆ ਦੀ ਸਹਾਇਤਾ ਰੋਕਣ ਤੋਂ ਇਲਾਵਾ ਅਮੈਰੀਕਾ ਕਈ ਰਸਤਿਆਂ ਦੇ ਵਿੱਚ ਵਿਚਾਰ ਕਰ ਰਹੀ ਹੈ। ਹੁਣ ਸ਼ੁਰੂ ਕਰਦੇ ਹਾਂ ਅਗਲੀ ਖਬਰ ਵੱਲ। ਸੋਪਰ 'ਚ ਜ਼ੋਰਦਾਰ ਬੰਬ ਧਮਾਕੇ ਨਾਲ 4 ਪੁਲਿਸ ਕਰਮਚਾਰੀ ਸ਼ਹੀਦ। ਜੀ ਹਾਂ, ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਦੇ ਸੋਪਰ ਕਸਬੇ ਵਿੱਚ ਅੱਜ ਸਵੇਰੇ ਅੱਤਵਾਦੀਆਂ ਵੱਲੋਂ ਦੋਸ਼ੀ ਦੇਸੀ ਬੰਬ IED ਦੇ ਨਾਲ ਕੀਤੇ ਗਏ ਹਮਲੇ ਵਿੱਚ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਸਮੇਤ 4 ਪੁਲਿਸ ਜਵਾਨ ਸ਼ਹੀਦ ਹੋ ਗਏ ਹਨ। ਜੀ ਹਾਂ, ਜਦਕਿ 2 ਗੰਭੀਰ ਜ਼ਖਮੀ ਵਿੱਚ ਹੋਏ ਨੇ। ਸੋਪਰ ਕਸਬੇ ਵਿੱਚ 25 ਵਰੇ ਪਹਿਲਾਂ ਅੱਤਵਾਦੀਆਂ ਅਤੇ BSF ਦੇ ਵਿਚਕਾਰ ਮੁਕਾਬਲੇ ਦੌਰਾਨ ਭੇਦਭਾਵੀ ਹਾਲਾਤ ਵਿੱਚ ਲੱਗੀ ਅੱਗ ਨਾਲ ਮਾਰੇ ਗਏ 57 ਆਮ ਨਾਗਰਿਕਾਂ ਦੀ ਬਰਸੀ ਦੇ ਮੌਕੇ ਦਿੱਤੇ ਹੜਤਾਲ ਦੇ ਸੱਦੇ ਵਿੱਚ ਕਸਬੇ ਦੇ ਗੋਲ ਮਾਰਕੀਟ ਵਿਖੇ ਇੱਕ ਦੁਕਾਨ ਵਿੱਚ ਲੁਕਾਏ ਰੱਖੇ ਸਨ। ਦੇਸੀ ਬੰਬ ਨਾਲ ਹੋਏ ਖਤਰਨਾਕ ਧਮਾਕੇ ਵਿੱਚ ਪੁਲਿਸ ਦਾ ਸਹਾਇਕ ਸਬ ਇੰਸਪੈਕਟਰ ਸਮੇਤ 4 ਪੁਲਿਸ ਮੁਲਾਜ਼ਮ ਮੌਕੇ 'ਤੇ ਸ਼ਹੀਦ ਹੋ ਗਏ ਅਤੇ ਜਿਨ੍ਹਾਂ ਦੀ ਪਛਾਣ ਸਹਾਇਕ ਸਬ ਇੰਸਪੈਕਟਰ ਮੁਹੰਮਦ ਸ਼ਾਬਨ ਵਾਸੀ ਡੋਡਾ, ਸਿਪਾਹੀ ਮੁਹੰਮਦ ਅਮੀਨ ਵਾਸੀ ਕੁਪਵਾੜਾ, ਸਿਪਾਹੀ ਗੁਲਾਮ ਨਬੀ ਵਾਸੀ ਸੋਪਰ ਅਤੇ ਸਿਪਾਹੀ ਪਰਵੇਜ਼ ਅਹਿਮਦ ਕੁਪਵਾੜਾ ਵਜੋਂ ਕੀਤੀ ਗਈ ਹੈ। ਹੁਣ ਸ਼ੁਰੂ ਕਰਦੇ ਹਾਂ ਅਗਲੀ ਖਬਰ ਵੱਲ। ਮੁੱਖ ਮੰਤਰੀ ਅੱਜ ਕਰਨਗੇ ਮਾਨਸਾ ਤੋਂ ਕਿਸਾਨ ਕਰਜ਼ਾ ਮੁਆਫ਼ੀ ਸਕੀਮ ਦੀ ਰਸਮੀ ਆਜਾਗ। ਜੀ ਹਾਂ, ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਮਾਨਸਾ ਦੇ ਕਿਸਾਨ ਕਰਜ਼ਾ ਮੁਆਫ਼ੀ ਸਕੀਮ ਵਿੱਚ ਰਸਮੀ ਸ਼ੁਰੂਆਤ ਕਰਨਗੇ, ਜਿਸ ਨਾਲ ਪਹਿਲੇ ਪੜਾਅ ਵਿੱਚ 5.63 ਲੱਖ ਕਿਸਾਨਾਂ ਨੂੰ ਲਾਭ ਪਹੁੰਚਾਏਗਾ ਅਤੇ ਇਸ ਗੱਲ ਦਾ ਪ੍ਰਗਟਾਵਾ ਅੱਜ ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜ ਅਤੇ ਵਧੀਕ ਮੁੱਖ ਸਕੱਤਰ DP ਰੇਡੀ ਅਤੇ ਵਧੀਕ ਮੁੱਖ ਸਕੱਤਰ ਵਿਕਾਸ ਵਿਸ਼ਵਾਜੀਤ ਖੰਨਾ ਨੇ ਕੀਤਾ। ਇਹਨਾਂ ਅਧਿਕਾਰੀਆਂ ਨੇ ਦੱਸਿਆ ਕਿ 31 ਮਾਰਚ 2017 ਤੱਕ ਸਹਿਕਾਰੀ ਸੰਸਥਾਵਾਂ ਨਾਲ ਕਰੀਬ 2700 ਕਰੋੜ ਰੁਪਏ ਦਾ ਕਰਜ਼ਾ ਲੈਣ ਵਾਲੇ 5.63 ਲੱਖ ਕਿਸਾਨਾਂ ਦੀ ਸ਼ਨਾਖਤ ਲਾਭਪਾਤਰੀ ਵਜੋਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਉਹਨਾਂ ਨੇ ਦੱਸਿਆ ਕਿ ਹੁਣ ਤੱਕ ਸਮੁੱਚੇ ਪੰਜਾਬ ਵਿੱਚ 3.20 ਲੱਖ ਕਿਸਾਨਾਂ ਦੀ ਮੁਕੰਮਲ ਹੋਣ ਤੋਂ ਮਗਰੋਂ ਪੰਜਾਬ ਭਰ ਵਿੱਚ 1.60 ਲੱਖ ਕੇਸਾਂ ਲਈ 748 ਕਰੋੜ ਰੁਪਏ ਦੇ ਕਰਜ਼ੇ ਨੂੰ ਪ੍ਰਧਾਨਗੀ ਦਿੱਤੀ ਜਾ ਚੁੱਕੀ ਹੈ। ਹੁਣ ਸ਼ੁਰੂ ਕਰਦੇ ਹਾਂ ਅਗਲੀ ਖਬਰ ਵੱਲ। ਕੇਂਦਰ ਸਰਕਾਰ ਦੇ ਅਧੀਨ ਡਾਕਟਰ ਸਮੀਰ ਸ਼ਰਮਾ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਮਸਤਕ। ਜੀ ਹਾਂ, ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਵਿਭਾਗ ਦੇ ਅਧੀਨ ਸਕੱਤਰ ਡਾਕਟਰ ਸਮੀਰ ਸ਼ਰਮਾ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਪੁੱਜੇ। ਉਹ ਗੁਰੂ ਨਗਰੀ ਸਮੇਤ ਪੰਜਾਬ ਦੇ 3 ਵੱਡੇ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਦੇ ਪ੍ਰੋਜੈਕਟਾਂ ਸੰਬੰਧੀ ਸੂਬਾ ਸਰਕਾਰ ਦੇ ਸਥਾਨਕ ਸਰਕਾਰਾਂ ਦੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਹੋਰਨਾਂ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ 2 ਦਿਨ ਪਹਿਲਾਂ ਪੰਜਾਬ ਦੌਰੇ ਤੇ ਪੁੱਜੇ ਸਨ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਤੋਂ ਬਾਅਦ ਡਾਕਟਰ ਸਮੀਰ ਸ਼ਰਮਾ ਨੇ ਸਿੱਧੇ ਸਮੇਤ ਵੱਖ-ਵੱਖ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ
ਸਮਾਰਟ ਸਿਟੀ ਪ੍ਰੋਜੈਕਟ ਸੰਬੰਧੀ ਗੱਲਬਾਤ ਵੀ ਕੀਤੀ ਹੈ। ਹੁਣ ਜੀ ਰੁਕ ਕਰਦੇ ਹਾਂ ਅਗਲੀ ਖਬਰ ਵੱਲ। ਯੂਕੋ ਬੈਂਕ ਨੇ ਮਨਾਇਆ 75ਵਾਂ ਸਥਾਪਨਾ ਦਿਵਸ। ਜੀ ਹਾਂ, ਬੈਂਕ ਪਠਾਨਕੋਟ ਵੱਲੋਂ ਸਥਾਨਕ ਸਿੰਬਲ ਚੌਂਕ ਵਿਖੇ ਸਥਿਤ ਬੈਂਕ ਦੀ ਸ਼ਾਖਾ ਵਿਖੇ ਬੈਂਕ ਦੇ 75ਵੇਂ ਸਾਲਾਨਾ ਦਿਵਸ ਦੇ ਸੀਨੀਅਰ ਮੈਨੇਜਰ ਨਵਲ ਕਿਸ਼ੋਰ ਅਤੇ ਮੈਨੇਜਰ ਸ਼ਿਲਪਾ ਵਰਮਾ ਸਹਿਤ ਸਾਰੇ ਸਟਾਫ ਮੈਂਬਰਾਂ ਨੇ ਕੇਕ ਕੱਟਿਆ ਅਤੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਨੇਜਰ ਨਵਲ ਕਿਸ਼ੋਰ ਨੇ ਦੱਸਿਆ ਕਿ ਮਹਾਤਮਾ ਗਾਂਧੀ ਤੋਂ ਪ੍ਰੇਰਿਤ ਹੋ ਕੇ ਕਾਰੋਬਾਰੀ ਜੀ ਡੀ ਬਿਰਲਾ ਦੇ ਸਾਲ 1943 ਚ ਯੂਨਾਈਟਡ ਕਮਰਸ਼ੀਅਲ ਬੈਂਕ ਲਿਮਟਿਡ ਦੀ ਸਥਾਪਨਾ ਕੀਤੀ ਗਈ ਸੀ, ਜਿਸ ਨੂੰ ਅੱਜ ਯੂਕੋ ਬੈਂਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹਨਾਂ ਨੇ ਕਿਹਾ ਹੈ ਕਿ ਬੈਂਕ ਗ੍ਰਾਹਕਾਂ ਦੀ ਸਹੂਲਤ ਲਈ ਕਈ ਵਿਸ਼ੇਸ਼ ਯੋਜਨਾਵਾਂ ਚੱਲ ਰਹੀਆਂ ਹਨ। ਇਸ ਮੌਕੇ ਦਿਵਾਂਸ਼ੂ ਸੁਨੀਤਾ, ਰਾਹੁਲ ਮਹਾਜਨ, ਦਲਿਤ ਕੁਮਾਰ, ਅਮਨ ਮਹਾਜਨ, ਚੇਤਨ ਆਦਿ ਹਾਜ਼ਰ ਸਨ। ਹੁਣ ਸ਼ੁਰੂ ਕਰਦੇ ਹਾਂ ਅਗਲੀ ਖਬਰ ਵੱਲ। ਦੁਕਾਨਦਾਰਾਂ ਵੱਲੋਂ GST ਦੇ ਨਾਂ ਤੇ ਗ੍ਰਾਹਕਾਂ ਦੀ ਲੁੱਟ। ਜੀ ਹਾਂ, ਮਹਿੰਗਾਈ ਵਧਣ ਕਰਕੇ ਲੋਕ ਪਹਿਲਾਂ ਹੀ ਕਾਫੀ ਪਰੇਸ਼ਾਨ ਸਨ, ਪਰ ਹੁਣ ਬਾਕੀ ਕਸਰ GST ਨੇ ਦੇ ਨਾਂ ਤੇ ਹੋਰ ਵੀ ਲੁੱਟ ਦੇ ਕਾਰਨ ਕੱਢ ਰਹੀ ਹੈ। ਅਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਕੇਸ਼ ਕੁਮਾਰ, ਪੰਕਜ ਕੁਮਾਰ, ਮਦਨ ਲਾਲ, ਸੁਰਜੀਤ ਸਿੰਘ ਨੇ ਦੱਸਿਆ ਹੈ ਕਿ ਮਾਧੋਪੁਰ ਖੇਤਰ ਵਿੱਚ ਅੰਦਰ ਖੁੱਲ੍ਹੇ ਕਰਿਆਨਾ ਸਟੋਰ ਮਾਲਕਾਂ ਵੱਲੋਂ ਲੋਕਾਂ ਨੂੰ ਘਟੀਆ ਕਿਸਮ ਦੀਆਂ ਦਾਲਾਂ ਆਦਿ ਸਮਾਨ ਮਹਿੰਗੇ ਰੇਟਾਂ ਵਿੱਚ ਵੇਚ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਇਸ ਵਿੱਚ ਸੰਬੰਧਿਤ ਵਿਭਾਗ ਕੇਂਦਰੀ ਧਿਆਨ ਨਹੀਂ ਦੇ ਰਿਹਾ। ਉਹਨਾਂ ਨੇ ਦੱਸਿਆ ਕਿ ਦੁਕਾਨਦਾਰਾਂ ਵੱਲੋਂ ਕਿਸੇ ਵੀ ਸਮਾਨ ਦਾ ਬਿੱਲ ਨਹੀਂ ਦਿੱਤਾ ਜਾ ਰਿਹਾ। ਇਹ ਸੀ ਵੱਖ ਵੱਖ ਅਖਬਾਰਾਂ ਦੀਆਂ ਵੱਖ ਵੱਖ ਖਬਰਾਂ। ਕੱਲ੍ਹ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ ਵੱਖ ਵੱਖ ਅਖਬਾਰਾਂ ਦੀਆਂ ਵੱਖ ਵੱਖ ਖਬਰਾਂ ਨਾਲ। ਸਤਿ ਸ੍ਰੀ ਅਕਾਲ। ਗੁਰੂਆਂ ਦੀ ਬਾਣੀ ਤੇ ਪੰਜ ਦਰਿਆਵਾਂ ਦਾ ਪਾਣੀ, ਨੱਚਦੇ ਗਾਉਂਦੇ ਗੱਭਰੂ ਤੇ ਮੁਟਿਆਰਾਂ, ਲਹਿਲਹਾਉਂਦੀਆਂ ਫਸਲਾਂ, ਵਿਸਾਖੀ ਤੇ ਲੋਹੜੀ ਦੇ ਤਿਉਹਾਰ ਤੇ ਤੀਆਂ ਤੇ ਮੁਟਿਆਰਾਂ ਦਾ ਜੁੜਨਾ, ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ, ਫੁਲਕਾਰੀ ਦਾ ਚਾਨਣ ਤੇ ਚਰਖੇ ਦੀ ਤੰਦ ਯਾਦ ਦਿਲਾਉਂਦੀ ਹੈ ਸਾਨੂੰ ਸਾਡੇ ਅਮੀਰ ਵਿਰਸੇ ਦੀ। ਤੇ ਇਸੇ ਵਿਰਸੇ ਨੂੰ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਤੁਹਾਡਾ ਆਪਣਾ ਡਿਜੀਟਲ ਚੈਨਲ ਆਪਣਾ ਵਿਰਸਾ। ਦੇਖਣਾ ਨਾ ਭੁੱਲੋ ਆਪਣੇ ਐਂਡਰਾਇਡ ਅਤੇ ਐਪਲ ਫੋਨ 'ਤੇ ਤੁਹਾਡਾ ਆਪਣਾ ਚੈਨਲ ਆਪਣਾ ਵਿਰਸਾ।